ਹੈਗੇ ਹੋ, ਇੰਨੇ ਫੋਨ ਆਇਆ ਤੁਹਾਡੇ ਵਾਸਤੇ ਕਿ ਮੈਨੂੰ ਆ ਪਾਣਾ ਪਿਆ। ਇਹ ਕਿਹਾ ਕਿ ਤੁਸੀਂ ਜਿਹਨੇ ਇੱਥੇ ਬੈਠਣਾ ਬੈਠੇ, ਜਿਹਨੇ ਜਾਣਾ ਜਿਹਨੂੰ ਨਹੀਂ ਪਸੰਦ ਉਹ ਬਾਹਰ ਚਲੇ ਗਏ। ਉਸ ਟਾਈਮ ਤੇ ਮੈਨੂੰ ਬਹੁਤ ਬੁਰਾ ਲੱਗਿਆ ਕਿ ਇਹ ਤਾਂ ਇਹਨਾਂ ਨੇ ਬੜੇ ਇਨਸਲਟਿੰਗ ਵਰਡ ਕਹੇ ਹੈ, ਔਰ ਮੈਂ ਮੇਰਾ ਖਿਆਲ ਹੈ ਲੰਚ ਹੀ ਨਹੀਂ ਖਾਇਆ, ਔਰ ਮੈਂ ਲੰਚ ਖਾਈ ਬਿਨਾਂ ਆ ਗਈ। ਤੁਸੀਂ ਵੀ ਤੁਹਾਡੇ ਤੇ ਕਿਉਂ ਨਾ ਐਕਸ਼ਨ ਲਿਆ ਜਾਏ, ਇਹਦੇ ਸੁਪਨਰੀ ਐਕਸ਼ਨ ਲਿਆ ਜਾਏ, ਕਿਉਂਕਿ ਤੁਸੀਂ ਮਿਸਬਿਹੇਵ ਤਿੰਨੋਂ ਮੈਡਮ ਨੂੰ ਨਾ ਸ਼ਾਊਟ ਕਰਨਾ ਥੋੜ੍ਹਾ ਕਰ ਦਿੱਤਾ, ਗੁੱਸੇ 'ਚ ਆ ਗਏ ਕਿ ਸ਼ਾਇਦ ਸਾਡੀ ਉਹਨਾਂ ਨੂੰ ਈਗੋ ਪ੍ਰੋਬਲਮ ਲੱਗੀ ਆਪਣੀ ਕਿ ਸ਼ਾਇਦ ਸਾਨੂੰ ਇਹ ਪੁੱਛਿਆ ਤਾਂ ਸਾਡੀ ਇਨਸਾਨੀ ਹੈ। ਨਮਸਕਾਰ ਦੋਸਤੋ, ਤੁਹਾਡਾ ਮਾਨਵਰ ਸੰਦੀਪ ਤੁਹਾਡਾ ਹੀ ਰਵਾਂਗਾ। ਵੱਡਿਆਂ ਦੀ ਇੱਜ਼ਤ ਕਰਨੀ ਕਦੀ ਨਹੀਂ ਭੁੱਲਾਂਗਾ, ਇਹੀ ਮੈਨੂੰ ਮੇਰੇ ਘਰ 'ਚੋਂ ਸੰਸਕਾਰ ਸਿਖਾਏ ਗਏ ਨੇ। ਕਦੇ ਕੁਛ ਐਸੀ ਗੱਲ ਹੋ ਵੀ ਜਾਵੇ, ਵੱਡਿਆਂ ਦੇ ਅੱਗੇ ਸਿਰ ਨਵਾਉਂਦੇ ਰਵਾਂਗੇ, ਕਿਉਂਕਿ ਇਹਨਾਂ ਦੇ ਅਸੀਸ ਤੋਂ ਬਿਨਾਂ, ਇਹਨਾਂ ਦੀ ਗਾਈਡੈਂਸ ਤੋਂ ਬਿਨਾਂ ਅੱਗੇ ਨਹੀਂ ਵੱਧ ਸਕਦੇ। ਪੰਜਾਬੀ ਪ੍ਰੈਸ ਕਲੱਬ ਦੀ ਇੱਕ ਮੁਹਿੰਮ ਹੈ ਸ਼ਿਕਸ਼ਾ ਨੂੰ ਲੈ ਕੇ ਅਤੇ ਵੱਡਿਆਂ ਦੀ ਇੱਜ਼ਤ ਨੂੰ ਲੈ ਕੇ। ਲੇਡੀਜ਼ ਜਿਮਖਾਨਾ ਕਲੱਬ ਦੇ ਵਿੱਚ ਜੋ ਵਿਵਾਦ ਹੋਇਆ ਸੀ ਉਹਨੂੰ ਸੁਲਝਾਉਣ ਦੀ ਮੇਰੀ ਕੋਸ਼ਿਸ਼ ਹੈ। ਮੇਰਾ ਇੱਕ ਮੈਸੇਜ ਹੈ ਕਿ ਸੱਚ ਨੂੰ ਜਾਣੋ ਅਤੇ ਪਰਖੋ, ਈਗੋ ਦੇ ਵਿੱਚ ਨਾ ਆਓ। ਮੈਂ ਮਿਲਵਾਉਣ ਜਾ ਰਿਹਾ ਤੁਹਾਨੂੰ ਲੇਡੀਜ਼ ਜਿਮਖਾਨਾ ਦੇ ਫਾਊਂਡਰ ਮੈਂਬਰ, ਸਾਡੇ ਬਹੁਤ ਹੀ ਅਜ਼ੀਜ਼ ਔਰ ਜਾਣੇ ਮਾਨੇ ਮਾਇਰ ਫੈਮਿਲੀ ਦੇ ਜਲੰਧਰ 'ਚ ਹੈੱਡ। ਨਮਸਕਾਰ ਜੀ, ਮੈਂ ਮਨੋਰਮਾ ਮਾਇਰ ਜੀ ਦਾ ਤੁਹਾਡੀ ਇੰਟਰੋਡਕਸ਼ਨ ਕਰਾ ਰਿਹਾ, ਪਰ ਇਹ ਇੰਟਰੋਡਕਸ਼ਨ ਦੇ ਮੁਹਤਾਜ ਨੇ ਜਿੰਨੇ ਤੁਸੀਂ ਮੈਨੂੰ ਫੋਨ ਕੀਤੇ ਨੇ। ਮੈਂ ਤਾਂ ਵਿਵਾਦ ਥੋੜ੍ਹਾ ਪੁਰਾਣਾ ਹੋ ਗਿਆ 10-15 ਦਿਨ ਪਹਿਲੇ, ਪਰ ਮੈਨੂੰ ਵੀ ਆਪਣੀ ਸੀਟ ਛੱਡ ਕੇ ਆਉਣਾ ਪਿਆ ਕਿ ਮੈਂ ਇਹਨਾਂ ਨੂੰ ਮਿਲਾਂ, ਔਰ ਇਹਨਾਂ ਦੇ ਸਤਿਕਾਰ ਕਰਕੇ ਹੀ ਮੈਂ ਇਹ ਵੀਡੀਓ ਬਣਾ ਰਿਹਾ ਵਾਂ। ਮਨੋਰਮਾ ਜੀ, ਤੁਸੀਂ ਸਾਡੇ ਲਈ ਬਹੁਤ ਹੀ ਰਿਸਪੈਕਟੇਬਲ ਹੈਗੇ ਹੋ, ਇੰਨੇ ਫੋਨ ਆਇਆ ਤੁਹਾਡੇ ਵਾਸਤੇ ਕਿ ਮੈਨੂੰ ਆ ਪਾਉਣਾ ਪਿਆ ਵੀ ਆ ਕੇ ਤੁਹਾਨੂੰ ਮਿਲਾਂ, ਕੀ ਕਹਿਣਾ ਚਾਹੁੰਦੇ ਹੋ? ਬਸ ਮੈਂ ਇਹੀ ਕਹਿਣਾ ਚਾਹੁੰਦੀ ਹੈ ਕਿ ਲੇਡੀਜ਼ ਕਲੱਬ ਦਾ ਬਹੁਤ ਸਾਲ ਤੋਂ ਲੇਡੀਜ਼ ਕਲੱਬ ਚੱਲ ਰਿਹਾ, ਔਰ ਕਦੀ ਵੀ ਮਾਹੌਲ ਇਹਦਾ ਖਰਾਬ ਨਹੀਂ ਹੋਇਆ। ਮੈਂ ਬਹੁਤ ਦੇਰ ਤੋਂ ਮੈਂਬਰ ਜ਼ਿਆਦਾ ਫਾਊਂਡਰ ਮੈਂਬਰ ਹੀ ਹੈ, ਲੇਕਿਨ ਸਾਡੇ ਸਭ ਦੇ ਜਿਹੜੇ ਮੈਂਬਰ ਹੈਗੇ ਆ ਇੱਕ ਦੂਸਰੇ ਨਾਲ ਬਹੁਤ ਅੱਛੀ ਤਰ੍ਹਾਂ ਲਾਈਫ ਫੈਮਿਲੀ ਮਿਲਦੇ ਜੁਲਦੇ ਰਹਿੰਦੇ ਆ। ਲੇਕਿਨ ਇਸ ਵਾਰ ਜੋ ਹੋਇਆ ਇੰਸੀਡੈਂਟ ਹੋਇਆ ਉਹ ਥੋੜ੍ਹਾ ਮੈਂ ਦਿਲ 'ਚ ਲੱਗ ਗਿਆ, ਕਿਉਂਕਿ ਮੇਰੀ ਆਪਣੀ ਰਿਸਪੈਕਟ ਦਾ ਧਿਆਨ ਸੀਗਾ। ਅਸੀਂ ਠੀਕ ਹੈ, ਅਸੀਂ ਆਪਣੀ ਚੇਅਰ ਦੀ ਰਿਸਪੈਕਟ ਵੀ ਕਰਦੇ ਹਾਂ, ਲੇਕਿਨ ਅਸੀਂ ਚਾਹੁੰਦੇ ਹਾਂ ਕਿ ਜੇ ਅਸੀਂ ਚੇਅਰ ਦੀ ਰਿਸਪੈਕਟ ਕਰਦੇ ਹਾਂ ਤਾਂ ਸਾਡੇ ਵੀ ਬੀਂਗ ਆਪਣਾ ਰਿਸਪੈਕਟੇਬਲ ਮੈਂਬਰਸ ਹੋਣ ਨਾਲ ਸਾਨੂੰ ਵੀ ਥੋੜ੍ਹੀ ਰਿਸਪੈਕਟ ਮਿਲੇ। ਬਿਲਕੁਲ ਠੀਕ ਹੈ। ਉਸ ਦਿਨ ਜਿਹੜੇ ਜਿਹਦੇ ਕਰਕੇ ਥੋੜ੍ਹਾ ਜਿਹਾ ਮਾਹੌਲ ਖਰਾਬ ਹੋਇਆ, ਉਸ ਦਿਨ ਬਹੁਤ ਕੋਈ ਵੱਡੀ ਗੱਲ ਨਹੀਂ ਸੀ, ਬਹੁਤ ਛੋਟੀ ਗੱਲ ਸੀਗੀ ਕਿ ਜਿਹੜਾ ਮੈਂ ਉਹਨਾਂ ਨੂੰ ਪੁੱਛ ਲਿਆ ਕਿ ਜੀ ਇਹ ਟੀਮ ਦਾ ਸਾਡਾ ਇਹ ਚੱਲਦਾ ਆ ਰਿਹਾ ਕਿ ਜਿਹੜੀ ਓਲਡ ਟੀਮ ਹੈ ਇਹਦਾ ਹੀ ਲੰਚ ਹੁੰਦਾ, ਤਾਂ ਤੁਸੀਂ ਇਸ ਤਰ੍ਹਾਂ ਇਹਨੇ ਬੁਲਾ ਲਿਆ, ਸਾਨੂੰ ਦੱਸਿਆ ਵੀ ਨਹੀਂ ਗਿਆ ਕਿ ਅਸੀਂ ਬੁਲਾ ਕੇ ਨਾ ਸਕਦਾ। ਸੋ ਉਹ ਕਹਿੰਦੇ ਨਹੀਂ ਅਸੀਂ ਸਾਡੀ ਮਰਜ਼ੀ ਆ, ਅਸੀਂ ਜਿਸ ਤਰ੍ਹਾਂ ਮਰਜ਼ੀ ਕਰ ਲਈਏ। ਮੈਂ ਕਿਹਾ ਚਲੋ ਇਸ ਵਕਤ ਜੇ ਤੁਹਾਡੀ ਮਰਜ਼ੀ ਹੈ ਤਾਂ ਅਸੀਂ ਕੁਛ ਨਹੀਂ ਕਹਿ ਸਕਦੇ, ਲੇਕਿਨ ਉਸ ਵੇਲੇ ਉਹ ਥੋੜ੍ਹਾ ਗੁੱਸੇ 'ਚ ਆ ਗਏ, ਔਰ ਉਹਨਾਂ ਨੇ ਥੋੜ੍ਹੇ ਗੁੱਸੇ ਜਿਸ ਲਈ ਆ ਗਏ, ਕਿਉਂ ਪੁੱਛਿਆ ਗਿਆ? ਉਹ ਗੁੱਸੇ 'ਚ ਆ ਗਏ ਕਿ ਕਿਉਂ ਪੁੱਛਿਆ ਗਿਆ ਸਾਡੇ ਤੋਂ ਸਵਾਲ, ਕਿਉਂ ਹੋਏ ਪੁੱਛਿਆ ਗਿਆ। ਉਹਨਾਂ ਨੂੰ ਸ਼ਾਇਦ ਉਸ ਟਾਈਮ ਲੱਗਿਆ ਕਿ ਸਵਾਲ ਪੁੱਛਣਾ ਸਾਡੀ ਇਨਸਲਟ ਹੈ, ਜੋ ਕਿ ਮੈਂ ਸੋਚ ਰਹੀ ਸੀ ਕਿ ਮੈਂ ਐਸੀ ਕੋਈ ਗੱਲ ਨਹੀਂ ਕੀਤੀ ਜਿਹਦੇ 'ਚ ਉਹਨਾਂ ਦੀ ਇਨਸਲਟ ਹੋਵੇ। ਉਸ ਤੋਂ ਬਾਅਦ ਜਦੋਂ ਉਹਨਾਂ ਨੇ ਇਹ ਕਿਹਾ ਕਿ ਤੁਸੀਂ ਜਿਹਨੇ ਇੱਥੇ ਬੈਠਣਾ ਬੈਠੇ, ਜਿਹਨੇ ਜਾਣਾ ਜਿਹਨੂੰ ਨਹੀਂ ਪਸੰਦ ਉਹ ਬਾਹਰ ਚਲੇ ਗਏ, ਉਸ ਟਾਈਮ 'ਤੇ ਮੈਨੂੰ ਬਹੁਤ ਬੁਰਾ ਲੱਗਿਆ ਕਿ ਇਹ ਤਾਂ ਇਹਨਾਂ ਨੇ ਬੜੇ ਇਨਸਲਟਿੰਗ ਵਰਡ ਕਹੇ ਹੈ। ਮੇਰਾ ਉਸ ਵੇਲੇ ਥੋੜ੍ਹਾ ਜਿਹਾ ਮਨ ਵੀ ਖਰਾਬ ਹੋਇਆ, ਔਰ ਮੇਰੀ ਤਬੀਅਤ ਵੀ ਥੋੜ੍ਹੀ ਖਰਾਬ ਹੋਈ, ਲੇਕਿਨ ਜਿਸ ਕਰਕੇ ਮੈਨੂੰ ਇੱਕ ਦੋ ਮੈਂਬਰ ਜਿਹੜੇ ਮੇਰੇ ਨਾਲ ਸੀ ਉਹਨਾਂ ਨੇ ਮੈਨੂੰ ਕਾਫੀ ਸੰਭਾਲਿਆ ਉਸ ਟਾਈਮ, ਔਰ ਮੈਂ ਮੇਰਾ ਖਿਆਲ ਹੈ ਲੰਚ ਹੀ ਨਹੀਂ ਖਾਇਆ, ਔਰ ਮੈਂ ਲੰਚ ਖਾਈ ਵੀ ਨਾ ਗਈ। ਬਟ ਉਸ ਤੋਂ ਬਾਅਦ ਥੋੜ੍ਹਾ ਮੈਂਬਰ ਨੇ ਜਿਸ ਤਰ੍ਹਾਂ ਇੰਜੋਏ ਕਰ ਲਿਆ ਸਾਰਾ ਹੋ ਗਿਆ, ਔਰ ਥੋੜ੍ਹੀ ਦੇਰ ਬੈਠ ਕੇ ਥੋੜ੍ਹਾ ਮੈਂ ਵੀ ਕਾਮ ਹੋ ਗਈ ਕਿ ਚਲੋ ਜੋ ਹੋ ਗਿਆ ਠੀਕ ਹੈ। ਲੇਕਿਨ ਜਦੋਂ ਅਸੀਂ ਵਾਪਸ ਆਏ ਹਾਂ, ਅਸੀਂ ਉਹਨਾਂ ਨੂੰ ਮੈਡਮ ਤੋਂ ਮਿਲ ਕੇ ਬਾਏ ਬਾਏ ਕਰਕੇ ਆਏ ਹਾਂ, ਤਾਂ ਅਸੀਂ ਵੀ ਸੋਚਿਆ ਵੀ ਖਤਮ ਹੈ, ਚਲੋ ਮੈਡਮ ਦਾ ਵੀ ਹੋ ਗਿਆ, ਇੰਨੀ ਗੱਲ ਸੀ ਅਸੀਂ ਨਹੀਂ ਹੈ। ਲੇਕਿਨ ਬੜੀ ਹੈਰਾਨੀ ਹੋਈ ਮੈਨੂੰ ਇਸ ਚੀਜ਼ ਦੀ ਜਦੋਂ 1 ਘੰਟੇ ਬਾਅਦ ਮੈਨੂੰ ਲੈਟਰ ਮਿਲੀ ਕਿ ਤੁਸੀਂ ਜੀ ਤੁਹਾਡੇ 'ਤੇ ਕਿਉਂ ਨਾ ਐਕਸ਼ਨ ਲਿਆ ਜਾਏ, ਇਹਦੇ ਸੁਪਨਰੀ ਐਕਸ਼ਨ ਲਿਆ ਜਾਏ, ਕਿਉਂਕਿ ਤੁਸੀਂ ਮਿਸਬਿਹੇਵ ਕੀਤਾ, ਔਰ ਇਹਦਾ ਜਵਾਬ ਤੁਸੀਂ ਸਾਨੂੰ 1 ਮਾਰਚ ਤੱਕ ਦਿਓ। ਇਹ 24 ਫਰਵਰੀ ਨੂੰ ਇਹ ਹੋਇਆ ਸੀ ਤਾਂ 1 ਤੱਕ ਉਹਨਾਂ ਨੇ ਟਾਈਮ ਦਿੱਤਾ। 1 ਨੂੰ ਮੈਂ ਲੈਟਰ ਲਿਖ ਕੇ ਭੇਜੀ, ਬੜਾ ਐਪਰੋਪ੍ਰੀਏਟ ਜਵਾਬ ਕਿ ਐਸਾ ਕੋਈ ਹੋਇਆ ਨਹੀਂ ਹੈ, ਇਹ ਤਾਂ ਜਸਟ ਇੱਕ ਸੀਗੀ ਮੈਂ ਗੱਲ ਕੀਤੀ ਸੀ, ਲੇਕਿਨ ਇਹਦੇ 'ਚ ਸਾਰਿਆਂ ਨੂੰ ਮਤਲਬ ਬੋਲਣ ਦਾ ਹੱਕ ਤਾਂ ਹੈ ਨਾ, ਤੁਸੀਂ ਸਾਡੀ ਡੈਮੋਕ੍ਰੇਟਿਕ ਵੇ ਹੈ, ਤੁਸੀਂ ਕੋਈ ਵੀ ਗੱਲ ਆਪਣੀ ਮੈਡਮ ਤੋਂ, ਔਰ ਜੋ ਵੀ ਕੋਈ ਕੁਐਰੀ ਹੈ ਜਾਂ ਕੁਛ ਅਸੀਂ ਮੈਡਮ ਨਾਲ ਹੀ ਗੱਲ ਕਰਨੀ ਹੈ, ਮੈਡਮ ਤੋਂ ਪੁੱਛਣਾ ਹੈ। ਤਾਂ ਉਸ ਵੇਲੇ ਪਤਾ ਨਹੀਂ ਉਹਨਾਂ ਨੇ ਤਿੰਨੋਂ ਮੈਡਮ ਨੇ ਨਾ ਸ਼ਾਊਟ ਕਰਨਾ ਥੋੜ੍ਹਾ
कर दिता गुस्से च आ गए कि शायद साड़ी उन्होंने ईगो प्रॉब्लम लगी अपनी कि शायद सानूं ये पुछिया तो साड़ी इंसल्ट है। सो चलो खत्म हो गई गल। जो लैटर आई वह मैं जवाब भेजा, मैं क्या नहीं ये तो सब नूं राइट है तुसीं भी, मैं ये जवाब दे रही। तो मैनू बिल्कुल भी कोई उस वेले ये नहीं लग्या कि मैं एक्शन लिया और एक्शन तो ता होए जे कोई मीटिंग हो रही है या कुछ है। इट वॉज जस्ट लंच गैट टूगैदर सीगा जिदे च असीं इनवाइटेड सीगे। सो उस करके कोई लग्या नहीं, लेकिन शायद उन्होंने फिर ईगो सैटिस्फाई नहीं हुई इस जवाब नाल। तो 15 दिन बाद यह फर्स्ट लैटर गई है, 19 तरीक फिर आ गई एक लैटर जिहड़ी कि रात के टाइम 8:30 बजे आई और उदों असी सारी फैमिली आउट ऑफ स्टेशन थी। सो उन्होंने खैर वापस लै गया कापिया करके। तो उन्होंने जो मैं वापस आई तो मैं लैटर मिली कि यह थानू क्यों ना सानू सैटिस्फैक्ट्री नहीं लगा तो आंसर, तो असी थानू डिबार कर दिते। सो मैं पहली लैटर च भी लिखा सी कि डेमोक्रेटिक कंट्री है, जो तुम इस तरीके नाल नहीं चलते तो फिर सानू नैचुरली दूसरा रस्ता अपनाना पैंदा। सो पर इस तो बावजूद उन्होंने मैं जो ये लिखा उदों मैं बहुत हर्ट फील किया कि तो बहुत ज़्यादा इन्होंने इंसल्ट कर दी है जिहड़ी कि इन्नी इंसल्ट, मतलब मैं बीइंग सीनियर सिटीजन और बीइंग ओल्ड मैंबर जिहड़ी कि मैं नहीं डिजर्व करती सी और मैं एक्सपैक्ट नहीं कर रही थी कि इस हद तक मैनू जवाब मिलेगा। सो उस तो बाद मैं कोर्ट चो स्टे ले ली। स्टे इन्होंने चलो एक साड़ी जॉइंट सैकटरी उस वेल्ले सैकटरी आउट ऑफ स्टेशन से उसके साइन सुइन करा के थोड़ा मैंबर से प्रेशर भी हो रहा कि तुम साइन करो जरूर करो। सो वो उन्होंने साइन करा के तो उन्होंने कोर्ट से उन्होंने उस स्टे वकेट करा वकेट चलो एनी वे। पर जो उन्होंने ये पता लगा जो मैं वकेट कराई सी उदों क्लब उस मंडे तो मैं जा सकती सी, जाना भी सी और मैंबर इंसिस्ट कर रहे थे कि जरूर आओ असी तुहानू वेलकम करांगे, सारे मैंबर्स नाल है और सारे मैंबर्स कह रहे हैं कि ये बहुत गलत है एक्सपीरियंस। मैंने बड़े सारे मैंबर ने कहा तुहाडे बारे, मैं तो तुहानू अज पहली बार मिल रहा कि बहुत सारे नाइस मैंबर ने और बहुत सारे करीब ने। और तुम देखो कि मैं 3 बार सैकटरी रह चुकी हाँ क्लब च, ट्रेडर रह चुकी हाँ, एग्जैक्टिव च रह चुकी हाँ और साढ़े असी जिन्हें प्रेसिडेंट्स नाल काम किया सानू एप्रीशिएट बहुत करते सके जो भी असं काम करते सके उन्होंने सानू इन्नी कोऑपरेशन और वो मिलता सीगा प्यार, असं उन्होंने रिस्पैक्ट करते सानू रिस्पैक्ट देंगे सी। मतलब सानू कभी फील नहीं होया कि असी एक ऐसा ना काम कर रहे हैं कि जो कि उन्होंने रिस्पैक्ट ही खाली देनी है, वो अपने आप सानू भी उन्नी रिस्पैक्ट देंगे सी। तो असं बड़े मतलब खुश होकर काम करते सी और साडे नाल हाले भी यही कहनी है कि अगर ये गल जिहड़ी है वाइंड अप करनी है तो मेरी इज्जत जे बहाल करो और मैनू दिओ रिटन के हाँ ये गल तुसीं लैटर विथड्रॉ करो कि लैटर गलत गई है और मतलब अपने डैमेजेस जो उन्होंने पाए के जो मेरी मतलब इज्जत है डैमेजेस वगैरह पाके जिस तरह भी उम्र के इस दौर दे विच महसूस भी कुछ ज्यादा हो जाता है जो बच्चे साढ़े बच्चे ही ने तुहाडे बच्चे बिल्कुल बच्चे है और देखो कि बहुत यंग भी हैगे है और ऑफिस पर जो इस तरह की गल हो तो नैचुरली तुम महसूस तो कर रही हो कि इन्ना इन्होंने कोई एदा अभ्यास नहीं किया कि की एज है की मतलब वड्डे है 3 वर्ष दे सेक्रेटरी रहे ने हां ठीक है और उन्होंने पता है कि मैं इन्ना कितना होया है एज हुने इमीडिएट पास टीम च आई वाज ट्रेनर वाकया होया ਤੁਸੀਂ ਜਦੋਂ ਕਹਿੰਦੇ ਮੈਂ ਬਾਏ ਬਾਏ ਕਰਕੇ ਆਈ ਆ ਉਦੋਂ ਤਾਂ ਮਨ ਚ ਕੋਈ ਗੱਲ ਨਹੀਂ ਸੀ ਲੱਗਦੀ ਉਦੋਂ ਕੋਈ ਗੱਲ ਨਹੀਂ ਸੀ ਕਿਉਂਕਿ ਖਤਮ ਹੋ ਗਿਆ ਮੈਂ ਵੀ ਖਤਮ ਕਰ ਦਿੱਤੀ ਸੀ ਉੱਥੇ ਵੀ ਉਹਨਾਂ ਨੇ ਵੀ ਬੜੀ ਅੱਛੀ ਤਰ੍ਹਾਂ ਜਦੋਂ ਅਸੀਂ ਬਾਏ ਬਾਏ ਕਰਕੇ ਆਏ ਆ ਉਹਨਾਂ ਦਾ ਵੀ ਰਿਸਪੌਂਸ ਬਹੁਤ ਅੱਛਾ ਸੀ ਇਹ ਤਾਂ ਬਾਅਦ ਚ ਜੋ ਮੀਟਿੰਗ ਮੀਟਿੰਗ ਕੀਤੀ ਹੈ ਜਾਂ ਜਿਹਨਾਂ ਮੈਂਬਰਸ ਨੇ ਉਹਨਾਂ ਨੂੰ ਸਲਾਹ ਦਿੱਤੀ ਹੈ ਕਿ ਨਹੀਂ ਜੀ ਇਹ ਤਾਂ ਐਸੇ ਬੋਲਦੇ ਰਹਿਣਗੇ ਤੋ ਆਪ ਨੂੰ ਐਕਸ਼ਨ ਲੈਣਾ ਚਾਹੀਏ ਸਟ੍ਰਿਕਟ ਐਕਸ਼ਨ ਜੋ ਮੈਨੇ ਸੁਣ ਪਤਾ ਲੱਗਿਆ
ਕਿਉਂਕਿ ਅਸੀਂ ਤਾਂ ਉਸ ਵੇਲੇ ਸੀ ਯੂਨੀਵਰਸਿਟੀ. ਅੱਛਾ ਦੇਖੋ ਇੱਕ ਸੈਕਟਰੀ ਦਾ ਰੋਲ ਬੜਾ ਜ਼ਰੂਰੀ ਰੋਲ ਹੁੰਦਾ ਹੈ. ਹਾਂ ਸੈਕਟਰੀ ਕੀ ਕਰਦਾ ਹੈ? ਆਫੀਸਰਸ ਦੇ ਵਿੱਚ ਔਰ ਸਾਡੇ ਵਿੱਚ ਤਾਲਮੇਲ ਬਣਾਉਂਦਾ ਹੈ. ਹਾਂ ਸੈਕਟਰੀ ਬਾਰੇ ਕੀ ਕਹਿਣਾ ਚਾਹੋਗੇ? ਸੈਕਟਰੀ ਦੀ ਹਮੇਸ਼ਾ ਹੀ ਕਮੀ ਰਹੀ ਹੈ. ਮੇਰੇ ਕੋਲ ਕੱਲ ਆਈ ਵੇ ਸੀਗੇ ਸੈਕਟਰੀ ਔਰ ਹਸਬੈਂਡ. ਮੈਂ ਇਹੀ ਕਿਹਾ, ਮੈਂ ਕਿਹਾ ਤੈਨੂੰ ਤਾਂ ਆਪਣੀ ਟੀਮ ਨੂੰ ਮੈਂਬਰ ਨੂੰ ਸਾਰਿਆਂ ਨੂੰ ਨਾਲ ਲੈ ਕੇ ਚੱਲਣਾ ਚਾਹੀਦਾ, ਨਾ ਕਿ ਖਾਲੀ ਤੂੰ ਮਤਲਬ ਉਹਨਾਂ ਨੂੰ ਖੁਸ਼ ਕਰਨ ਲਈ ਤੂੰ ਜੋ ਮਰਜ਼ੀ ਮੈਂਬਰ ਦੇ ਅਗੇਂਸਟ ਕਰ ਰਹੀ ਹੈ. ਸੋ ਅਗਰ ਤੂੰ ਕਹਿ ਰਹੀ ਹੈ ਕਿ ਮੇਰੇ ਕੋਲੋਂ ਕਰਵਾਇਆ ਗਿਆ ਜੋ ਉਹਨੇ ਕਿਹਾ, ਸੋ ਅਗਰ ਕਰਵਾਇਆ ਗਿਆ ਤਾਂ ਜਦੋਂ ਚਿੱਠੀ ਲਿਖੀ ਹੈ ਤੂੰ ਤਾਂ ਸਾਰਿਆਂ ਦੇ ਉਹਨਾਂ ਨੇ ਸਾਈਨ ਲੈਣੇ ਚਾਹੀਦੇ ਸੀ. ਇਹ ਤਾਂ ਹੁਣ ਤਾਂ ਇਹ ਪ੍ਰੂਵ ਹੋ ਰਿਹਾ ਕਿ ਤੇਰੇ ਵੱਲੋਂ ਇਹ ਚਿੱਠੀ ਆਈ ਹੈ ਔਰ ਜਿਹੜਾ ਕਿ ਤੂੰ ਹਾਲੇ ਇਮੈਚਿਓਰ ਮਤਲਬ ਮੈਨੂੰ ਲੱਗਦਾ ਕਿ ਹੈ. ਸਾਡੇ ਪੁਰਾਣੇ ਰੂਲ ਦੇ ਮੁਤਾਬਿਕ ਤਾਂ ਜਿੰਨੀ ਦੇਰ ਮੈਂਬਰ ਦੋ ਤਿੰਨ ਇਹਦੇ 'ਚ ਨਾ ਰਿਹਾ ਹੋਏ ਪੋਰਟਫੋਲੀਓਸ ਨਾ ਹੋਣ ਉੱਨੀ ਦੇਰ ਸੈਕਟਰੀ ਲਈ ਅਪਲਾਈ ਨਹੀਂ ਕਰ ਸਕਦਾ ਸੀ. ਔਰ ਮੈਨੂੰ ਹੁਣ ਮਹਿਸੂਸ ਹੁੰਦਾ ਕਿ ਇਹ ਬਿਲਕੁਲ ਰੂਲ ਠੀਕ ਸੀ, ਕਿਉਂਕਿ ਐਕਸਪੀਰੀਅੰਸ ਹੋ ਜਾਂਦਾ ਸਾਰਾ ਕਲੱਬ ਅਤੇ ਮੈਂ ਸਮਝ ਕਿਸ ਤਰ੍ਹਾਂ ਤਾਲਮੇਲ ਬਣਾਉਣਾ ਕੀ ਕਰਨਾ, ਬਹੁਤ ਐਕਸਪੀਰੀਅੰਸ ਹੋ ਜਾਂਦਾ. ਜਿਹੜੀ ਕਿ ਹੁਣੇ ਆਈ ਹੈ ਹਲੇ ਮੇਰੇ ਖਿਆਲ ਹੈ 4-5 ਸਾਲ ਤੋਂ ਹੀ ਮੈਂਬਰ ਬਣੀ, 4-5 ਸਾਲ ਤੋਂ ਤੈਨੂੰ ਪੂਰੀ ਤਰ੍ਹਾਂ ਕਲੱਬ ਦੇ ਰੂਲਸ ਰੈਗੂਲੇਸ਼ਨ ਔਰ ਇਹਦੇ ਬਾਰੇ 'ਚ ਕੁਛ ਸਮਝ ਵੀ ਘੱਟ ਹੈ ਜੋ ਸਾਨੂੰ ਲੱਗਦਾ. ਤਾਂ ਹੁਣ ਅਸੀਂ ਸੋਚਦੇ ਹਾਂ ਕਿ ਵਾਕਈ ਇੱਕ ਸੈਕਟਰੀ ਜਿਹੜੀ ਹੈ ਉਹ ਮੈਚੋਰ ਸੈਕਟਰੀ ਹੋਣੀ ਚਾਹੀਦੀ ਹੈ ਜਿਹਨੂੰ ਥੋੜ੍ਹਾ ਜਿਹਾ ਨੌਲੇਜ ਹੋਣੀ ਚਾਹੀਦੀ. ਮੈਨੂੰ ਯਾਦ ਹੈ ਮੈਂ ਕਿਸੇ ਆਪਣੇ ਜਦੋਂ ਕੁਛ ਚੀਜ਼ਾਂ ਮੈਂ ਵੀ ਸਿੱਖ ਰਿਹਾ ਸੀ ਅਤੇ ਮੈਂ ਵੀ ਬੜਾ ਜੋਸ਼ ਸੀ ਅਤੇ ਮੈਨੂੰ ਯਾਦ ਹੈ ਤੁਹਾਡੀ ਤਰ੍ਹਾਂ ਇੱਕ ਉਮਰ ਦਰਾਜ ਸਾਨੂੰ ਕੋਈ ਮਿਲੇ ਅਤੇ ਉਹਨਾਂ ਨੇ ਇੱਕ ਗੱਲ ਕਹੀ ਸੀ, ਹੋ ਸਕਦਾ ਤੁਹਾਡੇ ਕੋਲ ਡਿਗਰੀਆਂ ਸਾਡੇ ਨਾਲੋਂ ਜ਼ਿਆਦਾ ਹੋਣ, ਹੋ ਸਕਦਾ ਤੁਸੀਂ ਸਾਡੇ ਨਾਲ ਜ਼ਿਆਦਾ ਚੁਸਤ ਚਲਾਕ ਹੋਵੋ, ਪਰ ਤਜਰਬੇ ਵਾਸਤੇ ਤੁਹਾਨੂੰ ਸਾਡੇ ਕੋਲ ਆਉਣਾ ਪਏਗਾ. ਬਿਲਕੁਲ, ਇਹ ਸਾਡੇ ਜਿਹੜੇ ਹੁਣ ਰੂਲਸ ਵਗੈਰਾ ਬਣਾ ਰਹੇ ਸੀ ਉਹਦੇ 'ਚ ਕਹਿੰਦੇ ਸੀ ਜੀ 60 ਤੋਂ ਉੱਪਰ ਅਸੀਂ ਮੈਂਬਰ ਨਹੀਂ ਬਣਾਉਣਾ ਔਰ 60 ਤੋਂ ਉੱਪਰ ਕੋਈ ਇਲੈਕਸ਼ਨ ਨਹੀਂ ਲੜ ਸਕਦਾ. ਸੋ ਕਿਸੇ ਨੇ ਪਤਾ ਨਹੀਂ ਇਹਦੇ 'ਚ ਨਿਊਜ਼ ਪੇਪਰ 'ਚ ਸੀ ਜਾਂ ਕੀ ਹੈ ਕਿ ਫਿਰ ਤਾਂ ਤੁਸੀਂ ਤਜਰਬੇ ਤੋਂ ਬਿਨਾਂ ਰਹਿ ਜਾਓਗੇ ਅਗਰ ਤੁਸੀਂ ਇਹ ਰੂਲ ਬਣਾ ਦਿਓ ਕਿ ਤੁਸੀਂ ਇਹ ਹੈ. ਤਾਂ ਆਫਟਰ ਆਲ ਜੇ ਮਿਕਸਡ ਹੋਣਾ ਚਾਹੀਦਾ, ਯੰਗ ਕੰਮ ਕਰਨ ਜਿਹੜੇ ਹੈਗੇ ਆ 60 ਅਬਵ ਹੈ ਉਹ ਵੀ 60 ਅਬਵ ਵੀ ਬੜਾ ਅੱਛਾ ਕੰਮ ਕਰ ਸਕਦੇ ਆ, ਵਾਈ ਨੋਟ ਕਿ ਉਹਨਾਂ ਨੂੰ ਤੁਸੀਂ ਕਰ ਰਹੇ ਹੋ ਇੰਟਰਵਿਊ ਦੇ ਰਹੇ ਹੋ ਮੈਨੂੰ ਔਰ ਮੈਨੂੰ ਲੱਗ ਹੀ ਨਹੀਂ ਰਿਹਾ ਕਿ ਤੁਸੀਂ 80 ਈਅਰ ਓਲਡ ਹੈਗੇ ਹੋ. ਨਹੀਂ ਬਸ ਉਹੀ ਹੋ ਜਾਂਦਾ ਨਾ, ਚਲੋ ਐਨੀ ਵੇ ਮਤਲਬ ਅਸੀਂ ਤਾਂ ਇਹੀ ਚਾਹੁੰਦੇ ਹਾਂ ਕਿ ਥੋੜ੍ਹੇ ਜਿਹੇ ਐਕਸਪੀਰੀਅੰਸ ਤੇ ਹੋਵੇ ਔਰ ਉਹਨਾਂ ਦੀ ਰਾਏ ਲੈਣਾ ਉਹਨਾਂ ਨਾਲ ਕੰਸਲਟ ਕਰਨਾ ਬਹੁਤ ਜ਼ਰੂਰੀ ਹੈ, ਸਪੈਸ਼ਲੀ ਉਹ ਮੈਂਬਰ ਜਿਹੜੇ ਕਿ ਇੰਨਾ ਕੰਮ ਕਰ ਚੁੱਕੇ ਔਰ ਇੰਨੀ ਦੇਰ ਐਕਸਪੀਰੀਅੰਸ ਹੈਗਾ. ਕੋਈ ਮੈਸੇਜ ਦੇਣਾ ਚਾਹੋਗੇ, ਮਨ ਦੀ ਕੋਈ ਗੱਲ ਕਹਿਣੀ ਚਾਹੋਗੇ, ਸਾਹਮਣੇ ਤੁਹਾਡਾ ਕੈਮਰਾ ਹੈ ਬਿਲਕੁਲ, ਕੋਈ ਮੈਸੇਜ ਦੇਣਾ ਚਾਹੋਗੇ ਬਾਕੀ ਮੈਂਬਰਾਂ ਨੂੰ? ਮੈਂਬਰ ਤੁਹਾਨੂੰ ਪਿਆਰ ਬਹੁਤ ਕਰਦੇ ਆ. ਮੈਨੂੰ ਇਹ ਬਹੁਤ ਖੁਸ਼ੀ ਹੈ ਕਿ ਮੈਂਬਰ ਤਾਂ ਮੈਨੂੰ ਬਹੁਤ ਪਿਆਰ ਮਿਲ ਰਿਹਾ, ਪਹਿਲੇ ਵੀ ਮਿਲਦਾ ਰਿਹਾ. ਇਲੈਕਸ਼ਨ ਹੋਈ ਸੀ ਤਾਂ ਰਿਕਾਰਡ ਵੋਟਸ ਨਾਲ ਪਹਿਲੇ ਇਸ ਤੋਂ ਪਹਿਲੇ ਵੀ ਟ੍ਰੇਡਰ ਬਣੇ ਸੀ. ਮੈਂਬਰ ਦਾ ਬਹੁਤ ਪਿਆਰ ਹੈ, ਮੈਂ ਤਾਂ ਇਹੀ ਚਾਹ ਰਹੀ ਸੀ ਕਿ ਇਸ ਕਲੱਬ ਦਾ ਮੈਂਬਰ ਦਾ ਇਸ ਤਰ੍ਹਾਂ ਹੀ ਪਿਆਰ ਬਣਿਆ ਰਹੇ. ਸੈਕਟਰੀ ਜੋ ਹੈ ਉਹਨੂੰ ਇਹੀ ਕੰਮ ਕਰਨਾ ਚਾਹੀਦਾ ਕਿ ਆਪਣਾ ਜੋ ਵੀ ਤਾਲਮੇਲ ਮੈਂਬਰਸ ਨਾਲ ਔਰ ਜਿਹੜੇ ਹੈਗੇ ਆ ਮੈਡਮਸ ਹੈ ਉਹਨਾਂ ਦੇ ਨਾਲ ਅੱਛੇ ਤਾਲਮੇਲ ਨਾਲ ਐਟਮੋਸਫੇਅਰ ਅੱਛਾ ਰੱਖਣਾ ਚਾਹੀਦਾ ਤਾਂ ਕਿ ਇਹ ਮਾਹੌਲ ਕਦੀ ਵੀ ਇਹ ਨੌਬਤ ਨਾ ਆਏ ਔਰ ਮਾਹੌਲ ਇਹ ਕਦੀ ਵੀ ਖਰਾਬ ਨਾ ਆਏ. ਔਨ ਰਿਕਾਰਡ ਤੁਹਾਨੂੰ ਚੀਜ਼ ਦੱਸ ਰਿਹਾ, ਮੈਨੂੰ ਬੜੇ ਸਾਰੇ ਮੈਂਬਰਾਂ ਨੇ ਕਿਹਾ ਮਿਸਿਸ ਕੱਕੜ ਜਿੱਥੋਂ ਜਿੱਤੇ ਹੈਗੇ ਨੇ ਵੀ ਟੂਗੈਦਰ ਟੀਮ ਬਣੀ ਸੀਗੀ, ਟੀਮ ਟੁੱਟ ਗਈ ਹੈ ਕਹਿੰਦੇ. ਹਾਂ ਇਹ ਮੈਂ ਵੀ ਸੁਣਿਆ ਕਿਉਂਕਿ ਟੀਮ ਦੇ ਮੈਂਬਰ ਸੁਣਾਈ ਗੱਲ ਹੈ ਪਰ ਮੈਨੂੰ ਕਿਸੇ ਨੇ ਔਨ ਰਿਕਾਰਡ ਦੱਸੀ. ਹਾਂ ਇਹ ਮੈਨੂੰ ਵੀ ਮੈਂਬਰਸ ਨੇ ਕਈ ਫੋਨ ਕਰਕੇ ਕਹੇ ਕਿ ਅਸੀਂ ਇਹਦੇ ਨਾਲ ਕੰਮ ਨਹੀਂ ਕਰਨਾ, ਸੋ ਅਸੀਂ ਲਿਖ ਕੇ ਦੇ ਦਿੱਤਾ ਕਿ ਸਾਨੂੰ ਇਹ ਸੈਕਟਰੀ ਨਹੀਂ ਚਾਹੀਦੀ. ਸੋ ਉਹ ਸਾਰੇ ਮੈਂਬਰ ਆਲਮੋਸਟ ਕਈ ਚਾਹ ਰਹੇ ਆ ਕਿ ਸੈਕਟਰੀ ਨੂੰ ਮਤਲਬ ਕੱਢਣਾ ਚਾਹੀਦਾ ਕਿ ਅਸੀਂ ਇਹਦੇ ਨਾਲ ਕੰਮ ਨਹੀਂ ਕਰ ਸਕਦੇ. ਸੋ ਦੋਸਤੋ ਇਹ ਸੀਗੇ 80 ਸਾਲ ਦੇ ਯੰਗ, ਮੈਂ ਆਪਣੇ ਵਰਡ ਚੇਂਜ ਕਰ ਰਿਹਾ, 80 ਸਾਲ ਦੇ ਯੰਗ ਮਨੋਰਮਾ ਮਾਇਰ ਜੀ. ਸਾਨੂੰ ਕਿੰਨੀਆਂ ਵੀ ਡਿਗਰੀਆਂ ਸਾਡੇ ਕੋਲ ਨਾ ਹੋਣਦੀਆਂ ਵੀ ਅਸੀਂ ਤੇਜ਼ ਕਿਉਂ ਨਾ ਹੋਈਏ, ਐਕਸਪੀਰੀਅੰਸ ਵਾਸਤੇ ਸਾਨੂੰ ਇਹਨਾਂ ਦੇ ਕੋਲ ਆਉਣਾ ਹੀ ਪਏਗਾ. ਇਹਨਾਂ ਦੇ ਪਿਆਰ ਸਦਕੇ ਮੈਂ ਫਿਰ ਤੋਂ ਇੱਕ ਵਾਰੀ ਬੇਨਤੀ ਕਰਦਾ, ਆਓ ਇਕੱਠੇ ਹੋ ਕੇ ਰਲ ਮਿਲ ਕੇ ਇਸ ਮਾਹੌਲ ਨੂੰ ਠੀਕ ਕਰੀਏ ਔਰ ਭੁੱਲ ਜਾਈਏ ਕਿ ਗੱਲਾਂ ਹੋਈਆਂ ਨੇ. ਇਹਨਾਂ ਨਾਲ ਅੱਜ ਇੰਟਰਵਿਊ ਕਰਨ ਦਾ ਮੇਰਾ ਇੱਕੋ ਹੀ ਮਕਸਦ ਸੀਗਾ ਕਿ ਸੱਚਾਈ ਸਾਹਮਣੇ ਆਵੇ, ਅਤੇ ਅਗਰ ਕਿਤੇ ਗਿੱਲੇ ਸ਼ਿਕਵੇ ਹੈਗੇ ਆ ਭੁੱਲ ਕੇ ਆ ਜਾਓ ਆਪਾਂ ਇਹਨਾਂ ਨੂੰ ਗਲੇ ਲਗਾਈਏ. ਠੀਕ ਹੈ ਜੀ, ਸ਼ੁਕਰੀਆ ਜੀ.